ਰੁਦਰਾਕਸ਼ ਰਾਜ ਠਾਕੁਰ ਹਮੀਰਪੁਰ ਤੇ ਨਾਲ ਮੇਰੀ ਬੇਨਤੀ ਹੈ ਵੀ ਹਸਨ ਖਾਨ। ਉਸ ਤੋਂ ਬਾਅਦ ਜਿਹੜਾ ਮੁਕਾਬਲਾ ਹੋਣਾ ਨੋਟ ਕਰੋ, 35 kg ਦਾ ਸੈਮੀ ਫਾਈਨਲ। ਨਹੀਂ ਨਹੀਂ ਪਹਿਲਾਂ ਇੱਕ ਚੁਣਾ ਜੀ ਅਰਵਿੰਦਰ ਸਿੰਘ ਕਾਲਾ ਪੰਜ ਜੀ ਬੰਡਾ ਪ੍ਰਗਰੀਤ ਦਾ ਸੋਈ ਚੇਚੇ ਤੋਂ ਪੁੱਜੇ ਹੈ। ਬੇਨਤੀ ਹੈ ਜੀ ਸਟੇਜ ਤੇ ਆ ਜਾਓ। ਆਓ ਜੀ ਅਗਲੀ ਕੁਸ਼ਤੀ ਜਿਹੜੀ ਹੋਣੀ ਹੈ ਜਸਮਿਨ ਮੋਹਾਲੀ ਤੇ ਨਾਲ ਮੋਹਿਤ ਰੋਪੜ। ਜਸਮਿਨ ਮੋਹਾਲੀ ਤੇ ਮੋਹਿਤ ਰੋਪੜ ਦਰਮਿਆਨ ਜਿਹੜੀ ਇਹ ਕੁਸ਼ਤੀ ਹੋਣੀ ਹੈ ਨੋਟ ਕਰ ਲਓ, ਸੈਮੀਫਾਈਨਲ ਮੁਕਾਬਲਾ ਹੈ। ਬਈ ਟਾਈਗਰ ਸਕਿਉਰਟੀ ਵਾਲਿਆਂ ਦੇ ਲਈ ਦੁੱਧ ਦਾ ਜਿਹੜਾ ਜ਼ਰੂਰ ਪੁੱਛਦਾ ਕਰ, ਰਵੀ ਭਾਈ ਕਹਿੰਦੇ ਵਾਸੀਆਂ ਲੈਣ ਲੱਗੇ ਠੰਡੇ ਹੋ ਗਏ ਟਾਈਗਰ ਸਕਿਉਰਟੀ ਵਾਲੇ। ਟਾਈਗਰ ਵਾਲਾ ਬਾਪ ਸਾਹਿਬ ਜੀ ਪੁੱਜੇ ਉਹਨਾਂ ਦਾ ਭਰਵਾਂ ਸਵਾਗਤ ਹੈ। ਨਿੱਜੀ ਜੀਆਂ ਨੂੰ ਆਖਦੇ ਆ ਬਹੁਤ ਵਧੀਆ ਜਿਹੜਾ ਮੁਕਾਬਲਾ ਤੇ ਉੱਧਰ ਦੋ ਪੁਆਇੰਟ ਜਿਹੜੇ ਜੁੜਦੇ ਆ। ਰੁਦਰਾਕਸ਼ ਰਾਜ ਨੇ ਆਪਣੇ ਠਾਕੁਰ ਨੇ ਦੋ ਪੁਆਇੰਟਾਂ ਦਾ ਵਾਧਾ ਜਿਹੜਾ ਲੀਡ ਲੈ ਲਈ ਹੈ। ਇਸ ਤੋਂ ਬਾਅਦ ਜਿਹੜਾ ਮੁਕਾਬਲਾ ਨੋਟ ਕਰੋ, ਜੈਸਮਿਨ ਮਡਾਕ ਮੋਹਾਲੀ ਤੇ ਨਾਲ ਮੋਹਿਤ ਰੋਪੜ ਤਿਆਰ ਰਹਿਣ, ਸੈਮੀਫਾਈਨਲ ਮੁਕਾਬਲਾ ਹੈ। ਰੁਦਰਾਕਸ਼ ਠਾਕੁਰ ਜਿਹੜਾ ਕੁਸ਼ਤੀ ਜਿੱਤ ਗਿਆ ਜੀ। ਅਰਵਿੰਦਰ ਸਿੰਘ ਕਾਲਾ ਪੰਚ ਜੀ ਆਪਣਾ ਮਾਨ ਸਨਮਾਨ ਹਾਸਲ ਕਰਨਗੇ। ਮੇਰੀ ਬੇਨਤੀ ਹੈ ਜੀ ਅਰਵਿੰਦਰ ਸਿੰਘ ਕਾਲਾ ਪੰਚ ਸਾਡਾ ਵੀਰ, ਉਹ ਭਰਾ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ, ਬਹੁਤ ਬਹੁਤ ਧੰਨਵਾਦ। ਜੈਸਮੀਨ ਮੋਹਾਲੀ ਆਓ ਜੀ ਜਲਦੀ ਦੇ ਕੇ ਰੈੱਡ ਕੋਸਟਿਊਮ ਪਾ ਕੇ ਤੇ ਨਾਲ ਮੋਹਿਤ ਰੋਪੜ ਬਲਿਊ ਪਾ ਕੇ।